ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾਸ ਗੁਰਮਤ ਦਾ ਇੱਕ ਨਵਾਂ ਵਿਸ਼ਾ ਮਨ ਦੀ ਤਾਰ ਇਹ ਮਨ ਦੀ ਤਾਰ ਕੀ ਹੁੰਦੀ ਆ ਇੱਕ ਵਿਅਕਤੀ ਦਾ ਮਨ ਦੂਸਰੇ ਵਿਅਕਤੀ ਦੇ ਮਨ ਦੇ ਨਾਲ ਕਿਵੇਂ ਜੁੜ ਜਾਂਦਾ ਹੈ ਇਸ ਦੀ ਇੱਕ ਥਿਲ ਮੱਤਰ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਯਮੇ ਕਿ ਆਪਾਂ ਪ੍ਰਾਤਨ ਸਾਖਿਆਂ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਬੇਬੇ ਨਾਨਕੀ ਜੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹਨੂੰ ਯਾਦ ਕਰਦੇ ਹੁੰਦੇ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ਾਰਾਂ ਕੋਹਾਂ ਦੂਰ ਜਿਹੜੇ ਸੀਗੇ ਜਾਂ ਤੇ ਸੰਸਾਰ ਨੂੰ ਤਾਰਨ ਵਾਸਤੇ ਵਿਚਰਦੇ ਸੀ ਤੇ ਉਸ ਟਾਈਮ ਬੇਬੇ ਨਾਨਕੀ ਦਾ ਸultanpur ਬੈਠਿਆਂ ਬਾਬੇ ਨਾਨਕ ਨੂੰ ਯਾਦ ਕਰਨਾ ਔਰ ਬਾਬੇ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਇਹ ਗੱਲ ਆਖਣੀ ਕਿ ਭਾਈ ਮਰਦਾਨੇ ਅੱਜ ਹਨ ਬੇਬੇ ਨੇ ਸਾਨੂੰ ਯਾਦ ਕੀਤਾ ਹੈ ਚਲੋ ਉਹਨਾਂ ਨੂੰ ਮਿਲਣ ਵਾਸਤੇ ਚਲੇ ਦੇਖੋ ਅੱਖ ਦੇ ਫੋਰ ਦੇ ਵਿੱਚ ਹੀ ਹਜ਼ਾਰਾਂ ਕੋਹਾਂ ਮੀਲ ਦੂਰ ਬੀਬੇ ਨਾਨਕੀ ਜੀ ਦੇ ਪਾਸ ਪਹੁੰਚ ਕੇ ਪ੍ਰਸ਼ਾਦਾ ਛਕ ਲੈਂਦੇ ਸੀ ਇਸੇ ਤਰ੍ਹਾਂ ਦਸਾਂ ਗੁਰੂਆਂ ਦੀ ਜੋਤ ਦੇ ਵਿੱਚ ਆਪਾਂ ਇੱਕ ਨਹੀਂ ਅਨੇਕਾਂ ਸਾਖੀਆਂ ਦੇਖਦੇ ਹਾਂ ਕਿ ਕਿਸੇ ਨੇ ਵੀ ਬੜੇ ਪ੍ਰੀਤ ਦੇ ਨਾਲ ਗੁਰੂ ਸਾਹਿਬ ਨੂੰ ਯਾਦ ਕੀਤਾ ਤੇ ਗੁਰੂ ਸਾਹਿਬ ਉੱਥੇ ਤੱਕ ਪਹੁੰਚਦੇ ਰਹੇ ਆ ਮਨ ਦੀ ਖਿੱਚ ਐਸੀ ਹੁੰਦੀ ਆ ਸੋ ਇਹ ਜਿਹੜੀ ਹੈ ਨਾ ਮਨ ਦੀ ਖਿੱਚ ਹੈਗੀ ਆ ਇਹ ਵਿਅਕਤੀ ਦੇ ਉੱਪਰ ਕਿਵੇਂ ਆਪਣਾ ਅਸਰ ਰੱਖਦੀ ਆ ਉਸ ਨੂੰ ਕਿਵੇਂ ਆਪਣੇ ਵੱਲ ਫਰੇਰਦੀ ਆ ਇਹਦਾ ਜਿਹੜਾ ਨਾ ਖਲਾਸਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਬੜਾ ਸੁੰਦਰ ਕੀਤਾ ਉਹਨਾਂ ਨੇ ਆਖਿਆ ਕਿ ਮਨ ਦੀ ਤਾਰ ਦੀ ਸ਼ਕਤੀ ਇੱਕ ਐਸੀ ਸ਼ਕਤੀ ਹੈਗੀ ਆ ਜਿਹੜੀ ਪਰਮੇਸ਼ਰ ਉਸ ਵਿਅਕਤੀ ਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਬਖਸ਼ਦਾ ਹੈ ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਰਹਿੰਦੇ ਆ ਜਿਵੇਂ ਭਾਈ ਸਾਹਿਬ ਹੋਣਾ ਨੇ ਇਸ ਦਾ ਖਲਾਸਾ ਕੀਤਾ ਸੀਗਾ ਕਿ ਮਨ ਦੀ ਸ਼ਕਤੀ ਕੇਵਲ ਮਨੁੱਖ ਦੇ ਨਾਲ ਨਹੀਂ ਇਹ ਇੱਕ ਮਨੁੱਖ ਤੋਂ ਦੂਜੇ ਮਨੁੱਖ ਨਾਲ ਜੋੜਦੀ ਆ ਇਹ ਜਾਨਵਰਾਂ ਉੱਤੇ ਵੀ ਅਸਰ ਰੱਖਦੀ ਆ ਔਰ ਉਹਨਾਂ ਨੇ ਇਹ ਗੱਲ ਨੂੰ ਵੀ ਜਿਹੜਾ ਹੈ ਨਾ ਸਿੱਧ ਕੀਤਾ ਸੀਗਾ ਕਿ ਦੇਖੋ ਇੱਕ ਇਸ ਜ਼ਮੀਨ ਦੇ ਉੱਪਰ ਇੱਕ ਕੀੜੀ ਤੁਰਦੀ ਆ ਲੇਕਿਨ ਕੀੜੀ ਜਦੋਂ ਜ਼ਮੀਨ ਦੇ ਉੱਤੇ ਤੁਰਦੀ ਆ ਉਹ ਆਪਣੀ ਮਰਜ਼ੀ ਨਾਲ ਤੁਰਦੀ ਆ ਅਗਰ ਵਿਅਕਤੀ ਚਾਹੇ ਜੇਦੀ ਤਾਰ ਉਸ ਪਰਮੇਸ਼ਰ ਦੇ ਨਾਲ ਜੁੜੀ ਆ ਕਿ ਇਹ ਕੀੜੀ ਜਿਹੜੀ ਹੈਗੀ ਮੇਰੀ ਮਰਜ਼ੀ ਦੇ ਅਨਸਾਰ ਚੱਲੇ ਤੇ ਦੇਖੋ ਉਹਨਾਂ ਦੇ ਮਨ ਦਾ ਫੁਰਨਾ ਮਨ ਦਾ ਸੰਕਲਪ ਕੀੜੀ ਦੇ ਮਨ ਦੇ ਉੱਤੇ ਅਸਰ ਕਰੂਗਾ ਤੇ ਜਿੱਦਨ ਨੂੰ ਵੀ ਉਹ ਚਾਹੂਗਾ ਕੀੜੀ ਫਿਰ ਉਧਰ ਨੂੰ ਜਾਊਗੀ ਇਹ ਭਾਈ ਸਾਹਿਬ ਭਾਈ ਵੀ ਇਸ ਨੂੰ ਬੜੇ ਸੁੰਦਰ ਜਣਾ ਇਸ ਵਿਸ਼ੇ ਦੇ ਉੱਤੇ ਖੋਜ ਕੀਤੀ ਆ ਸਰਚ ਕੀਤੀ ਆ ਫਿਰ ਉਹ ਵੀ ਇਹ ਵੀ ਦੱਸਦੇ ਸੀਗੇ ਕਿ ਅਗਰ ਕੋਈ ਸਵਾਰ ਕਿ ਜਿਹਦੀ ਤਾਰ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੁੰਦੀ ਆ ਅਗਰ ਉਹ ਕਿਸੇ ਘੋੜੇ ਤੇ ਬੈਠ ਕੇ ਕਿਸੇ ਆਦਮੀ ਨੂੰ ਮਿਲਣਾ ਚਾਹੇ ਤਾਂ ਕਈ ਵਾਰ ਉਹ ਦੇਖਦਾ ਹੈਗਾ ਕਿ ਉਹ ਜਿਹੜਾ ਵਿਅਕਤੀ ਹੈਗਾ ਉਹ ਜਿਸ ਨੂੰ ਮਿਲਣਾ ਚਾਹੁੰਦਾ ਹੈਗਾ ਉਸ ਦੀ ਯਾਦ ਦੇ ਵਿੱਚ ਇੰਨਾ ਮਸਤ ਹੁੰਦਾ ਹੈਗਾ ਕਿ ਕਈ ਵਾਰ ਉਹ ਘੋੜੇ ਨੂੰ ਲਗਾਮ ਦੇਣੀ ਭੁੱਲ ਜਾਂਦਾ ਰਸਤਾ ਦੱਸਣਾ ਭੁੱਲ ਜਾਂਦਾ ਕਿ ਮੈਂ ਕਿੱਧਰ ਨੂੰ ਮੋੜਨਾ ਹੈ ਕਿਉਂਕਿ ਉਸ ਦੇ ਸੂਰਤ ਦੇ ਵਿੱਚ ਇੰਨਾ ਖੂਬਾ ਹੁੰਦਾ ਪਰ ਦੇਖੋ ਜਦੋਂ ਉਹ ਉਸ ਘੋੜੇ ਸਮੇਤ ਉਹ ਜਿਹੜਾ ਅਸਵਾਰ ਵਿਅਕਤੀ ਹੁੰਦਾ ਜਦ ਮਿਲਣ ਵਾਲੇ ਵਿਅਕਤੀ ਦੇ ਘਰ ਦੇ ਅੱਗੇ ਪਹੁੰਚ ਜਾਂਦਾ ਘੋੜਾ ਆਪਣੇ ਆਪ ਤੇ ਉਹਨੂੰ ਬੜੀ ਹੈਰਾਨੀ ਹੁੰਦੀ ਆ ਕਿ ਮੈਂ ਘੋੜੇ ਦੀ ਲਗਾਮ ਨਹੀਂ ਮੋੜੀ ਘੋੜੇ ਨੂੰ ਰਸਤਾ ਨਹੀਂ ਦੱਸਿਆ ਪਰ ਘੋੜਾ ਕਿਵੇਂ ਖੁਦ-ਬਖਦ ਜਿਹੜਾ ਹੈਗਾ ਨਾ ਉਸ ਵਿਅਕਤੀ ਦੇ ਘਰ ਪਹੁੰਚ ਗਿਆ ਜਿਹਨ ਨੂੰ ਮੈਂ ਮਿਲਣਾ ਚਾਹੁੰਦਾ ਸੀ ਪਰ ਫਿਰ ਗੁਰਮਤਿ ਦੇ ਗਿਆਨ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਇਹ ਜਿਹੜਾ ਮਨ ਦਾ ਅਸਰ ਵਾਹ ਜਾਨਵਰਾਂ ਦੇ ਮਨ ਦੇ ਵਿੱਚ ਅਸਰ ਵੀ ਰੱਖਦਾ ਹੈਗਾ ਕਿਉਂ ਉਹ ਜਿਹੜਾ ਸਵਾਰ ਵਾ ਉਹਦਾ ਅਸਰ ਘੋੜੇ ਦੇ ਮਨ ਤੇ ਪੈਂਦਾ ਹੈਗਾ ਜੋ ਮਨ ਦੇ ਅੰਦਰ ਸੰਕਲਪ ਹੁੰਦਾ ਹੈ ਉਸ ਧਿਆਨ ਦੇ ਵਿੱਚ ਜਿਹੜਾ ਮਨ ਜੁੜਿਆ ਹੁੰਦਾ ਹੈ ਆ ਹੈ ਜਿਸ ਵਿਅਕਤੀ ਨੂੰ ਮਿਲਣਾ ਹੁੰਦਾ ਤੇ ਘੋੜੇ ਦਾ ਧਿਆਨ ਵੀ ਜਿਹੜਾ ਹਨ ਉਹਦੇ ਵੱਲ ਆਪਣੇ ਆਪ ਖਿੱਚਿਆ ਜਾਂਦਾ ਕਰਸ਼ਿਤ ਹੋ ਜਾਂਦਾ ਤੇ ਘੋੜਾ ਬਿਨਾਂ ਲਗਾਮ ਤੋਂ ਇਸੇ ਹੀ ਮਨ ਦੀ ਤਾਰ ਦੇ ਨਾਲ ਉਸ ਵਿਅਕਤੀ ਤੇ ਘਰ ਪਹੁੰਚ ਜਾਂਦਾ ਕੈਸੀ ਹਨਾ ਇੱਕ ਕਮਾਲ ਦੀਆਂ ਖੋਜਾਂ ਜਿਹੜੀਆਂ ਹੈਗੀਆਂ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਦੱਸੀਆਂ ਹੈ ਤੇ ਚਾਹੇ ਹਾਥੀ ਹੋਵੇ ਜਾਨਵਰ ਹੋਵੇ ਕੋਈ ਵੀ ਬੰਦਾ ਹੋਵੇ ਉਹਦੇ ਉੱਤੇ ਮਨ ਜਿਹੜਾ ਹੈ ਨਾ ਆਪਣਾ ਅਸਰ ਕਰਦਾ ਜਿਵੇਂ ਕਿ ਸਾਧੂ ਆਪਣਾ ਜੰਗਲਾ ਚ ਦੇਖਦੇ ਆ ਕਿ ਬੜੇ ਭਿਆਨਕ ਜਾਨਵਰਾਂ ਦੇ ਵਿੱਚ ਵੀ ਰਹਿੰਦੇ ਆ ਪਰ ਜਾਨਵਰ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸੰਸਾਰ ਦੀ ਸੋਝੀ ਨਹੀਂ ਲੇਕਿਨ ਇਹਨਾਂ ਮਹਾਪੁਰਖਾਂ ਦੇ ਮਨ ਦਾ ਅਸਰ ਉਹਨਾਂ ਜਾਨਵਰਾਂ ਦੇ ਮਨ ਦੇ ਉੱਤੇ ਪੈਂਦਾ ਜਦ ਮਨ ਤੇ ਉੱਤੇ ਪੈਂਦਾ ਤਾਂ ਸਾਧੂ ਦਾ ਜਿਹੜਾ ਸੁਭਾਅ ਹੁੰਦਾ ਦਇਆ ਵਾਲਾ ਸੇਵਾ ਵਾਲਾ ਜਿਹੜਾ ਭਾਵ ਹੁੰਦਾ ਹੈ ਨਾ ਜੋ ਗੁਣ ਸਾਧੂ ਦੇ ਵਿੱਚ ਹੁੰਦੇ ਆ ਉਹੀ ਗੁਣ ਉਹਨਾਂ ਜਾਨਵਰਾਂ ਦੇ ਮਨ ਤੇ ਅਸਰ ਪਾ ਕੇ ਹੈ ਨਾ ਉਹਨਾਂ ਦਾ ਸੁਭਾਅ ਨੂੰ ਤਬਦੀਲ ਕਰ ਦਿੰਦੇ ਆ ਦੇਖੋ ਉਹ ਜਾਨਵਰ ਕਿੰਨੇ ਖੁਖਾਰ ਹੁੰਦੇ ਲੇਕਿਨ ਸਾਧੂ ਜਨਾਂ ਦੀ ਸੇਵਾ ਕਰਦੇ ਆ ਸਾਰਾ ਕੁਝ ਕਰਦੇ ਕਿਉਂ ਇਹ ਮਨ ਦਾ ਪ੍ਰਭਾਵ ਹੈਗਾ ਇਹ ਹਨ ਕਮਾਲ ਦੀ ਖੇਡ ਹੈਗੀ ਜਿਵੇਂ ਸੰਤ ਬ੍ਰਿਯੰਸੂ ਹੁਣਾਂ ਨੇ ਵੀ ਇੱਕ ਵਾਰ ਇਸ ਗੱਲ ਦਾ ਖਲਾਸਾ ਕੀਤਾ ਕਿ ਇੱਕ ਵਾਰ ਅਸੀਂ ਹਨ ਕਿਸੇ ਨਦੀ ਬਈ ਦੇ ਕੰਢੇ ਜਿਹੜੇ ਸੀਗੇ 6 ਮਹੀਨੇ ਸਿਮਰਨ ਸਾਧਨਾ 'ਚ ਬਿਠੇ ਸੀ ਤੇ ਉਸੇ ਹੀ ਬੇਂਜ ਕਹਿੰਦੇ ਅਸੀਂ ਇਸ਼ਨਾਨ ਕਰ ਲੈਣਾ ਇਸ ਤਰ੍ਹਾਂ ਜੇ ਸਾਰੀ ਸਿਮਰਨ ਕਰਦਿਆ ਕਰਦਾਂ ਇੱਕ ਦਿਨ ਕਹਿੰਦੇ ਕੀ ਹੋਇਆ ਮਨ ਨੂੰ ਬਹੁਤ ਭਾਰੀ ਖਿੱਚ ਪਈ ਕਿ ਅਸੀਂ ਮਹਾਪੁਰਖਾਂ ਦੇ ਦਰਸ਼ਨ ਕਰੀਏ ਕਹਿੰਦੇ ਇੰਨੀ ਭਾਰੀ ਖਿੱਚ ਪਈ ਨਹੀਂ ਭਾਰੀ ਖਿੱਚ ਪਈ ਕਿ ਅਸੀਂ ਭਜਨ ਤੋਂ ਉਠਣਾ ਨਹੀਂ ਸੀ ਚਾਹੁੰਦੇ ਕਿਉਂਕਿ ਸਾਡਾ ਨੇਮ ਟੁੱਟਦਾ ਸੀਗਾ ਪਰ ਉਹ ਜਿਹੜੀ ਖਿੱਚ ਸੀ ਹਨਾ ਕਹਿੰਦੇ ਸਾਨੂੰ ਬੈਠਣ ਨਹੀਂ ਸੀ ਦੇਰੀ ਜਦੋਂ ਵੀ ਅਸੀਂ ਧਿਆਨ ਰੱਬ ਦਾ ਜਾਂ ਸਿਮਰਨ ਸਾਧਨਾਵਾਂ ਵਾਲ ਕਰਦੇ ਸੀ ਉਹ ਖਿੱਚ ਹੋਰ ਜ਼ੋਰ ਪਾਉਂਦੀ ਸੀ ਅਖੀਰ ਕਹਿੰਦੇ ਅਸੀਂ ਉਸੇ ਖਿੱਚ ਕਰਕੇ ਜਿਹੜੇ ਸੀਗੇ ਉਹ ਭਜਨ ਸਿਮਰਨ ਦੀ ਹਾਲਤ ਨੂੰ ਚੌਂਕੜੇ ਨੂੰ ਸਾਧਨਾ ਨੂੰ ਵਿੱਚੇ ਹੀ ਛੱਡ ਕੇ ਨਾ ਉਸ ਪਾਸੇ ਨੂੰ ਤੁਰ ਪਏ ਜਿੱਧਰ ਮੰਦੀ ਖਿੱਚ ਪੈਂਦੀ ਸੀ ਯਾਦ ਕੀ ਦੇਖਿਆ ਤਾਂ ਉੱਥੇ ਵਾਕਿਆ ਹੀ ਮਹਾਪੁਰਖਾਂ ਦਾ ਦਰਬਾਰ ਲੱਗਾ ਸੀਗਾ ਤੇ ਅਸੀਂ ਵੀ ਜਿਹੜੇ ਅਸੀਂ ਦੇਖ ਕੇ ਹੈਰਾਨ ਰਹਿ ਗਏ ਔਰ ਕਹਿੰਦੇ ਜਦੋਂ ਅਸੀਂ ਦਰਬਾਰ ਚ ਗਏ ਆ ਤੇ ਜਦ ਮੱਥਾ ਟੇਕਿਆ ਤਾਂ ਮਹਾਪੁਰਖਾਂ ਨੇ ਸਾਨੂੰ ਹੱਥ ਦੇ ਨਾਲ ਇਸ਼ਾਰਾ ਕੀਤਾ ਕਿ ਤੁਸੀਂ ਇੱਥੇ ਬੈਠੋ ਸਾਡੇ ਕੋਲ ਕਹਿੰਦੇ ਅਸੀਂ ਹੁਣ ਜਦ ਕੋਲ ਉਹਨਾਂ ਦੇ ਬੈਠੇ ਆ ਉਹ ਤੋਂ ਬਾਅਦ ਜਦ ਜਿਹੜਾ ਅਸੀਂ ਦਰਬਾਰ ਦੀ ਸਮਾਪਤੀ ਹੋਈ ਤੇ ਫਿਰ ਅਸੀਂ ਗੱਲ ਕੀਤੀ ਮਹਾਪੁਰਖਾਂ ਨੂੰ ਵੀ ਕਮਾਲ ਦੀ ਗੱਲ ਹੋਈ ਅੱਜ ਮੇਰੇ ਮਨ ਨੂੰ ਇੰਨੀ ਖਿੱਚ ਪਈ ਆ ਕਿ ਮੈਂ ਵਿੱਚੇ ਭਜਨ ਸਿਮਰਨ ਦੀ ਸਾਧਨਨ ਛੱਡ ਕੇ ਢਾਡੇ ਪਾਸ ਜਿਹੜੇ ਪਹੁੰਚ ਗਿਆ ਮੈਨੂੰ ਨਹੀਂ ਪਤਾ ਕਿ ਢਾਡੇ ਇੱਥੇ ਦਵਾਨ ਲੱਗਾ ਆਪਣੇ ਮੁਲਾਪ ਹੋ ਗਏ ਦਰਸ਼ਨ ਹੋ ਗਏ ਤਿੰਨ ਦੇ ਫੇਮਾ ਪੁਰਖ ਜਿਹੜੀ ਸੀ ਮੁਸਕਰਾ ਕੇ ਕਹਿਣ ਲੱਗੇ ਕਿ ਅੱਜ ਸਾਡਾ ਚਿਤ ਕਰਦਾ ਸੀਗਾ ਕਿ ਅਸੀਂ ਢਾਡੇ ਨਾਲ ਹਨ ਕੋਈ ਗੱਲਬਾਤ ਕਰਨੀ ਆ ਕੋਈ ਰੋਹਾਨੀਆ ਦੀ ਜਿਹੜੀ ਹਨ ਵਿਚਾਰ ਕਰਨੀ ਆ ਤੇ ਕਹਿੰਦੇ ਫਿਰ ਜਦੋਂ ਮਹਾਪੁਰਖਾਂ ਨੇ ਸਾਨੂੰ ਇਹ ਦੱਸਿਆ ਸੀਗਾ ਤਾਂ ਫਿਰ ਕਹਿੰਦੇ ਅਸੀਂ ਹਨ ਮਨ ਦੇ ਵਿੱਚ ਫਿਰ ਬਾਜ਼ਾਰ ਕੀਤੀ ਤਾਂ ਹੀ ਸਾਡੇ ਭਜਨ ਸਿਮਰਨ ਦੇ ਵਿੱਚ ਜਿਹੜੀ ਉਹ ਢੀਖੇ ਚ ਬਣੀ ਕਿਉਂਕਿ ਭਜਨ ਸਿਮਰਨ ਦੇ ਵਿੱਚ ਅਸਲ ਦੇ ਵਿੱਚ ਕੀ ਹੁੰਦਾ ਮਨ ਦੀ ਇਕਾਗਰਤਾ ਬਹੁਤ ਹੁੰਦੀ ਆ ਮਨ ਫੁਰਨੇ ਤੋਂ ਬਿਲਕੁਲ ਨਰਲੇਪ ਹੋ ਕੇ ਨਾ ਉਸ ਮਹਾਰਸ ਨੂੰ ਮਾਨਦਾ ਹੈ ਪਰ ਜਦੋਂ ਕਿਸੇ ਮਹਾਪੁਰਖਾਂ ਦੇ ਨਾਲ ਮਨ ਦੀ ਤਾਰ ਜੁੜ ਜਵੇ ਫਿਰ ਉਹ ਤਾਰ ਜਿਹੜੀ ਆ ਨਾ ਉਹ ਫਿਰ ਦੋਨਾਂ ਦੇ ਮੁਲਾਪ ਦੇ ਵਿੱਚ ਅਸਰ ਕਰਦੀ ਆ ਇਹ ਮੈਂ ਦਾਸ ਦਾ ਵੀ ਹੈ ਕਿ ਇੱਕ ਵਾਰ ਦਾਸ ਜਿਹੜਾ ਸੀਗਾ ਕਿਸੇ ਨੂੰ ਬੜਾ ਭਾਰੀ ਤਰ੍ਹਾਂ ਜਿਹੜਾ ਸੀਗਾ ਉਹ ਮਨ ਦੀ ਤਾਰ ਦੇ ਵਿੱਚ ਯਾਦ ਕਰ ਰਿਹਾ ਸੀਗਾ ਜੇ ਸੱਜਣ ਨੂੰ ਦਾਸ ਜਿਹੜਾ ਸੀ ਯਾਦ ਕਰ ਰਿਹਾ ਸੀਗਾ ਹੈਰਾਨੀ ਹੋਈ ਕਿ ਉਹ ਸੱਜਣ ਜਿਹੜੇ ਸੀ ਇਹਨਾਂ ਦਾਸ ਦੇ ਪਾਸ ਪਹੁੰਚ ਗਏ ਸੀ ਹੈਰਾਨੀ ਦੀ ਗੱਲ ਹੈ ਕਿਉਂ ਮਨ ਦੀ ਤਾਰ ਦਾ ਅਹਿਸਾਸ ਰਿਹਾ ਇਹ ਸਾਰੀਆਂ ਸੰਗਤਾਂ ਜਿਹੜੀਆਂ ਸੁਭਾਵਿਕ ਜਿਹੜੀਆਂ ਜਾਣਦੀਆਂ ਜਿਵੇਂ ਆਪਾਂ ਦੇਖਦੇ ਹਾਂ ਕਿ ਅਸੀਂ ਕਿਸੇ ਨੂੰ ਯਾਦ ਕਰੀਏ ਤੇ ਸਹਿਜ ਸੁਭਾਈ ਇਤਫਾਕ ਦੇ ਨਾਲ ਸੱਜਣ ਦੇ ਸਾਨੂੰ ਮੇਲ ਹੋ ਜਾਂਦੀ। ਫੇ ਅਸੀਂ ਉਹਦੇ ਸਾਹਮਣੇ ਕਹਿੰਦੇ ਕਿ ਜੇ ਤਾਂ ਤੈਨੂੰ ਅਸੀਂ ਅੱਜ ਯਾਦ ਕਰਦੇ ਸੀ ਪਰ ਤੁਸੀਂ ਸਾਡੇ ਕੋਲ ਪਹਿਲਾਂ ਹੀ ਪਹੁੰਚ ਗਏ ਆ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਹਨ ਮਨ ਦੀ ਤਾਰ ਦੇ ਨਾਲ ਜਿਹੜੀਆਂ ਹੈਗੀਆਂ ਉਹ ਅਸਰ ਰੱਖਦੀਆਂ ਹੈਗੀਆਂ। ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਇਹ ਮਨ ਦੀ ਤਾਰ ਜਿਹੜੀ ਹੈਗੀ ਆ ਇਹ ਜਿੱਥੇ ਜਾਨਵਰਾਂ ਤੇ ਅਸਰ ਕਰਦੀ ਹੈ ਹਨ ਉੱਥੇ ਬਨਾਸਪਤੀ ਤੇ ਵੀ ਅਸਰ ਕਰਦੀ ਹੈ। ਕਮਾਲ ਦੀ ਖੇਡ ਹੈ। ਇਹ ਕਿਵੇਂ ਹੁੰਦਾ ਹੈਗਾ? ਕਿਉਂਕਿ ਬਨਾਸਪਤੀ ਦੇ ਵਿੱਚ ਮੰਨ ਨਹੀਂ ਹੁੰਦਾ ਪਰ ਅੱਜ ਦੀ ਸਾਇੰਸ ਨੇ ਸਿੱਧਾ ਕੀਤਾ ਹੈਗਾ ਕਿ ਜਿਹੜੇ ਦਰਖਤ ਹੋ ਆ ਹਨ ਇਹਨਾਂ ਵਿੱਚ ਵੀ ਜਾਨ ਹੈ ਇਹ ਵੀ ਜੀਵ ਇਹ ਵੀ ਹਨਾ ਦੁੱਖ ਸੁੱਖ ਮਹਿਸੂਸ ਕਰਦੇ ਆ ਸੋ ਜਿਵੇਂ ਸੰਤ ਬੱਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇਪੋੜੇ ਦੇ ਜਿਹੜੇ ਹਨਾ ਜੀਵਨ ਦਰਸ਼ਨਾਂ ਦੀ ਇੱਕ ਕਥਾ ਬੜੀ ਮਸ਼ਹੂਰ ਆ ਉਹਦੇ ਵਿੱਚ ਇੱਕ ਡਾਕਟਰ ਸਾਹਿਬ ਜਿਨ੍ਹਾਂ ਦਾ ਨਾਮ ਕਰਤਾਰ ਸਿੰਘ ਸੀਗਾ ਕਿਸੇ ਟਾਈਮ ਬੜੇ ਨਾਸਤਿਕ ਖਿਆਲਾਂ ਦੇ ਸੀਗੇ ਪਰ ਮਹਾਪੁਰਖਾਂ ਦੀ ਸੰਗਤ ਕਰਕੇ ਹਨਾ ਉਹ ਬਿਲਕੁਲ ਆਸਤਿਕ ਹੋ ਗਏ ਸੀ ਪਰ ਫਿਰ ਵੀ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀਗਾ ਉਹ ਕਿਸੇ ਹੋਰ ਜਿਹੜੇ ਸੀ ਜਿਨ੍ਹਾਂ ਨੂੰ ਅਸੀਂ ਨਿਰੰਕਾਰੀ ਮਿਸ਼ਨ ਵਾਲੇ ਜਿਹੜੇ ਹੈਗੇ ਆ ਉਹ ਆਖ ਦਿੰਦੇ ਆ ਉਹਨਾਂ ਦਾ ਜਿਹੜਾ ਕੋਈ ਗੁਰੂ ਲਾਹੌਰ ਦੇ ਵਿੱਚ ਸੀ ਹਨਾ ਉਹਨਾਂ ਦੇ ਸ਼ਰਧਾਲੂ ਸੀਗੇ ਇੱਕ ਵਾਰ ਡਾਕਟਰ ਕਰਤਾਰ ਸਿੰਘ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਘਰ ਦੇ ਵਿੱਚ ਇੱਕ ਸਮਾਗਮ ਕੀਤਾ ਤੇ ਜਿੱਥੇ ਡਾਕਟਰ ਕਰਤਾਰ ਸਿੰਘ ਉਹਨਾਂ ਨੇ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਉਚੇਚੇ ਤੌਰ ਤੇ ਬੁਲਾਇਆ ਸੀਗਾ ਤੇ ਉਹਨਾਂ ਦੇ ਮਾਤਾ ਪਿਤਾ ਜਿਨੇ ਉਸ ਨਿਰੰਕਾਰ ਜਿਹੜਾ ਗੁਰੂ ਸੀਗਾ ਉਹਨੂੰ ਵੀ ਆਪਣੇ ਘਰ ਆ ਲਾਹੌਰ ਵਿਖੇ ਬੁਲਾਇਆ ਸੀਗਾ ਪਰ ਜਦੋਂ ਉੱਥੇ ਜਿਹੜੇ ਸੀ ਅਖੰਡ ਪਾਠ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੇ ਸੀ ਬਾਬਾ ਹਰਨਾਮ ਸਿੰਘ ਉਹਨਾਂ ਨੇ ਇੱਕ ਕਮਰਾ ਲਾਗ ਦਿੱਤਾ ਗਿਆ ਸੀ ਤੇ ਰਹਿਣ ਵਾਸਤੇ ਤੇ ਉਹਨਾਂ ਵਾਸਤੇ ਇੱਕ ਵਧੀਆ ਕਮਰਾ ਜਿਹੜਾ ਸੀਗਾ ਉਹ ਬਣਾਇਆ ਗਿਆ ਸੀ ਨਿਰੰਕਾਰੀਆਂ ਦੇ ਗੁਰੂ ਦੇ ਵਾਸਤੇ ਪਰ ਜਦੋਂ ਨਿਰੰਕਾਰ ਜਿਹੜੇ ਸੀਗੇ ਗੁਰੂ ਉਹਨਾਂ ਦੇ ਕੁਝ ਆਪਣੇ ਪੈਰੋਕਾਰਾਂ ਦੇ ਨਾਲ ਉਹਨਾਂ ਦੇ ਘਰ ਪਹੁੰਚੇ ਸੀ ਉਸ ਟਾਈਮ ਉਹਨਾਂ ਘਰ ਵਾਲਿਆਂ ਨੇ ਉਹਨਾਂ ਦੇ ਫੁੱਲਾਂ ਦੇ ਗਾੜਿਆਂ 'ਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਸੀਗਾ ਪਰ ਮੁੜ ਕੇ ਫਿਰ ਡਾਕਟਰ ਕਰਤਾਰ ਸਿੰਘ ਉਹਨਾਂ ਨੇ ਹੈ ਨਾ ਉਸ ਨਿਰੰਕਾਰੀ ਗੁਰੂ ਦੇ ਨਾਲ ਜਿਹੜੀਆਂ ਵਿਚਾਰਾਂ ਗੁਰਬੰਦੀਆਂ ਸਾਂਝੀਆਂ ਕੀਤੀਆਂ ਸੀ ਉਹਦੇ ਵਿੱਚ ਇਹ ਬੜਾ ਵਿਸ਼ਾ ਬਣਿਆ ਸਿਕਾ ਕਿ ਸ਼ਬਦ ਗੁਰੂ ਹੈ ਪਰ ਉਹਨੇ ਕਿਹਾ ਸਿਕਾ ਕਿ ਸ਼ਬਦ ਗੁਰੂ ਨਹੀਂ ਜਿਹੜਾ ਗੁਰੂ ਹੈਗਾ ਉਹ ਦੇਹਤਾਰੇ ਹੋਣਾ ਚਾਹੀਦਾ ਇਹ ਦੋਨਾਂ ਦਾ ਜਿਹੜਾ ਸੀ ਆਪਸ ਵਿੱਚ ਜਿਹੜੀ ਸੀ ਵਿਚਾਰਾਂ ਦੀ ਟਕਰਾਹ ਜਦ ਹੋਈ ਆ ਫਿਰ ਡਾਕਟਰ ਕਰਤਾਰ ਸਿੰਘ ਦੇ ਮਨ ਜਾਈ ਕਿ ਇਸ ਤਰ੍ਹਾਂ ਤਾਂ ਇਹਦਾ ਕੋਈ ਜਿਹੜਾ ਹੱਲ ਨਹੀਂ ਹੋਣਾ ਹੈਗਾ ਉਹਨੇ ਬਸ ਇੱਕੋ ਗੱਲ ਕਹੀ ਕਿ ਜਿਹੜਾ ਵੀ ਸ਼ਖਸ਼ ਕਸ਼ਮੀਰ ਦੇ ਵਿੱਚੋਂ ਹਨਾ ਸਾਨੂੰ ਜਿਹੜੇ ਹੈਗੇ ਉਹ ਸੇਵ ਲਿਆ ਦਊਗਾ ਅੰਬਰੀ ਸੇਵ ਉਹ ਵੀ 5 ਕਿਲੋ ਜਿਹੜਾ ਆਪਣੀ ਸ਼ਕਤੀ ਨਾਲ ਆਪਣੀ ਤਾਕਤ ਨਾਲ ਕਿਸੇ ਵੀ ਯੁਗਤ ਦੇ ਨਾਲ ਇੱਥੇ ਬੈਠੇ ਬੈਠੇ 5 ਕਿਲੋ ਸੇਵ ਅੰਬਰੀ ਜਿਹੜੇ ਲਿਆ ਦਊਗਾ ਅਸੀਂ ਉਹਦੀ ਗੱਲ ਨੂੰ ਸੱਚ ਮੰਨ ਲਵਾਂਗੇ ਦੇਖੋ ਇੱਕ ਬੜੀ ਅਨੋਖੀ ਸ਼ਰਤ ਜਿਹੜੀ ਸੀ ਲਾਹੌਰ 'ਚ ਰੱਖੀ ਸੀ ਡਾਕਟਰ ਡਾਕਟਰ ਕਿਰਤਾਰ ਸਿੰਘ ਹੋਣਾ ਨੇ ਜਦ ਇੰਨੀ ਗੱਲ ਹੋਈ ਆ ਤੇ ਫਿਰ ਦੇਖੋ ਸਾਰੇ ਜੀ ਸੰਗਤ ਜਿਹੜੀ ਸੀ ਉਸ ਨਿਰੰਕਾਰੇ ਗੁਰੂ ਦੇ ਸੰਪਰਕ ਦੇ ਵਿੱਚ ਸੀਗੀ ਜਾਂ ਉਹਨਾਂ ਨੂੰ ਆਪਣਾ ਗੁਰੂ ਮੰਨਦੀ ਸੀ ਉਹ ਸਾਰੀ ਜਿਹੜੀ ਸੀ ਚੁੱਪ ਕਰ ਗਈ ਸਨਾਟਾ ਛਾ ਗਿਆ ਤਾਂ ਪਰ ਫਿਰ ਵੀ ਜਿਹੜੀ ਸੀ ਉਹਨਾਂ ਨੇ ਸੰਗਤ ਦੇ ਵਿੱਚੋਂ ਤੇ ਇਹਨਾਂ ਦੇ ਡਾਕਟਰ ਕਰਤਾਰ ਸਿੰਘ ਦੇ ਪੁੱਤ ਨੇ ਇਹ ਗੱਲ ਕਹੀ ਕਿ ਪਹਿਲਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਨੂੰ ਪੁੱਛ ਲਓ ਜਾ ਕੇ ਕਿ ਕੀ ਉਹ ਸ਼ਰਤ ਮੰਨਣ ਲਈ ਤਿਆਰ ਹੈ ਜੇ ਉਹ ਸ਼ਰਤ ਮੰਨ ਜਾਂਦੇ ਤੇ ਇਧਰ ਅਸੀਂ ਵੀ ਵਿਚਾਰ ਕਰ ਲੈਨੇ ਆਂ ਦੇਖੋ ਡਾਕਟਰ ਕਰਤਾਰ ਸਿੰਘ ਨੇ ਸੰਤ ਬਾਬਾ ਹਰਨਾਮ ਸਿੰਘ ਨੂੰ ਕੋਈ ਦੂਸਰੇ ਕਮਰੇ 'ਚ ਚੱਲ ਗਏ। ਉਹਨਾਂ ਨੂੰ ਸਾਰੀ ਗੱਲਬਾਤ ਜਿਹੜੀ ਸੀ ਨਾ ਇਹ ਦੱਸੀ ਸੀ ਕਿ ਕਿਵੇਂ-ਕਿਵੇਂ ਗੱਲ ਹੋਈ ਆ ਕਿ ਅਸੀਂ ਸ਼ਬਦ ਗੁਰੂ ਨੂੰ ਜਿਹੜਾ ਆਪਣਾ ਗੁਰੂ ਮੰਨਦੇ ਆ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਂ ਨੇ ਪ੍ਰਤੱਖ ਗੁਰੂ ਨਸਤਾਰ ਤੇ ਜਦ ਇੰਨੀ ਗੱਲ ਹੋਈ ਆ ਤਾਂ ਫੇਰ ਬਾਬਾ ਹਰਨਾਮ ਸਿੰਘ ਹੋਣੀ ਪਹਿਲਾਂ ਤਾਂ ਚੁੱਪ ਰਿਹਾ ਸਾਰੀ ਗੱਲ ਸੁਣ ਕੇ ਪਰ ਫੇਰ ਜਿਹੜੇ ਸੀ ਉਹ ਕਹਿਣ ਲੱਗੇ ਕਹਿੰਦੇ ਭਾਈ ਜੇ ਇਹ ਗੱਲ ਹੈ ਜਿਹੜੇ ਗੁਰੂ ਹੈ ਗੁਰੂ ਰੂਪ ਬਾਣੀ ਦੀ ਅਗਰ ਜਣੀ ਮਾਨ ਮਰਜ਼ਾਦਾ ਦੀ ਗੱਲ ਆ ਫਿਰ 5 ਕਿਲੋ ਅੰਬਰੀ ਸੇਬ ਦਾ ਕੀ ਆ ਅਸੀਂ ਹਨਾ 10 ਕਿਲੋ ਅੰਬਰੀ ਸੇਬ ਲਿਆ ਦਿੰਨੇ ਆ ਜਦ ਇੰਨੀ ਗੱਲ ਹੋਈ ਬਸ ਫਿਰ ਕੀ ਸੀ ਫੇਰ ਤਾਂ ਖੁਸ਼ੀ ਦੀ ਲਹਿਰ ਜਿਹੜੀ ਸੀ ਇੰਨੀ ਜਿਆਦਾ ਜਿਹੜੀ ਹੋ ਗਈ ਡਾਕਟਰ ਕਰਤਾਰ ਸਿੰਘ ਭੱਜ ਕੇ ਜਿਹੜੇ ਸੀ ਉਸ ਜਗ੍ਹਾ ਤੇ ਪਹੁੰਚ ਕੇ ਉਸ ਕਮਰੇ ਜਿੱਥੇ ਨਿਰੰਕਾਰੇ ਗੁਰੂ ਬੈਠੇ ਹੁੰਦੇ ਸੀ ਉਹਨਾਂ ਨੂੰ ਕਹਿਤੀ ਕਿ ਬਾਬਾ ਰਾਮ ਸਿੰਘ ਹੋਣਿਆ ਨੇ ਤੇ ਸਾਨੂੰ 5 ਕਿਲੋ ਕੀ 10 ਕਿਲੋ ਜਿਹੜੇ ਅੰਬਰੀ ਸੇਵਾ ਕਸ਼ਮੀਰ ਚੋਂ ਲਿਆਉਣ ਦੀ ਗੱਲ ਆਖ ਦਿੱਤੀ ਆ ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਹੋਣੇ ਜਦ ਇਹ ਗੱਲ ਹੋਈ ਆ ਤਾਂ ਬਸ ਫੇਰ ਕੀ ਸੀ ਕਿਸੇ ਨੇ ਕੋਈ ਜਵਾਬ ਨਾ ਆਵੇ ਤੇ ਉਹਨਾਂ ਦੇ ਗੁਰੂ ਨੇ ਯਾਨੀ ਕਿ ਇਹ ਗੱਲ ਕਹਿਤੀ ਸੀਗੀ ਕਿ ਅਸੀਂ ਹਨਾ ਕਰਮਾਤਾ 'ਚ ਯਕੀਨ ਨਹੀਂ ਰੱਖਦੇ ਤੁਸੀਂ ਸਾਨੂੰ ਘਰ ਦੇ ਵਿੱਚ ਲਿਆ ਕੇ ਸਾਡੀ ਬੇਇੱਜ਼ਤੀ ਕੀਤੀ ਆ ਹੋਰ ਕਈ ਤਰ੍ਹਾਂ ਦੇ ਜਿਹੜਾ ਹਨਾ ਵੱਧ ਘੱਟ ਬਚਨ ਬੋਲੇ ਸੋ ਕਹਿਣ ਤੋਂ ਪਾਵੇ ਹੈਗਾ ਕਿ ਜਿਹਨਾਂ ਦੀ ਮਨ ਦੀ ਤਾਰ ਵਾਹਿਗੁਰੂ ਦੇ ਨਾਲ ਜੁੜੀ ਆ ਉਹ ਆਪਣੀ ਤਾਰ ਕਿਸੇ ਦੇ ਨਾਲ ਵੀ ਜੋੜ ਲੈਣ ਜਿਹਨੂੰ ਅਸੀਂ ਕਹਿੰਦੇ ਆ ਬਨਸਪਤੀ ਤੇ ਦੇਖੋ ਉਹਨਾਂ ਦੀ ਮਨ ਦੀ ਤਾਰ ਦੀ ਆਵਾਜ਼ ਇਹ ਜਿਹੜੇ ਦਰਖਤ ਬੂਟੇ ਆ ਇਹ ਵੀ ਸੁਣਦੇ ਆ ਤੇ ਦੇਖੋ ਇਸ ਮਨ ਦੀ ਖਿੱਚ ਦੇ ਨਾਲ ਉਹ ਚੀਜ਼ ਜਿਹੜੀ ਆ ਕੇ ਪ੍ਰਗਟ ਹੋ ਜਾਂਦੀ ਆ ਜਿਵੇਂ ਬਾਬਾ ਜੀ ਨੇ ਕੱਲ ਇੱਕ ਆਖੀ ਸੀ ਬਾਬਾ ਰਾਮ ਸਿੰਘ ਨਾਮਪੁਰ ਖੇੜੇ ਵਾਲਿਆਂ ਨੇ ਕਿ ਤੁਸੀਂ 5 ਕਿਲੋਬਰੀ ਸੇਵ ਦੀ ਕੀ ਗੱਲ ਕਰਦੇ ਆ ਅਗਰ ਗੁਰੂ ਰੂਪ ਬਾਣੀ ਦੀ ਜਾਣੀ ਜਿਹੜੀ ਮਾਣ ਮਰਜ਼ਾਦਾ ਦੀ ਗੱਲ ਹੈਗੀ ਆ ਤਾਂ ਫੇਰ 5 ਕਿਲੋ ਕੀ ਅਸੀਂ 10 ਕਿਲੋ ਮਵਰੀ ਸੇਬ ਲਿਆਉਣ ਨੂੰ ਤਿਆਰ ਆ। ਭਾਵ ਕੀ ਹੈ ਕਿ ਮਨ ਦੀ ਸ਼ਕਤੀ ਮਨ ਦੀ ਖਿੱਚ ਦ੍ਰਕਿਤਾ ਉੱਤੇ ਵੀ ਅਸਰ ਕਰਦੀ ਆ ਤੇ ਇਹਦੇ ਨਾਲ ਦੇਖੋ ਉਹ ਦੇਖੋ 1.5 10 ਕਿਲੋ ਕਸ਼ਮੀਰੀ ਸੇਬ ਹਨ ਇੱਥੇ ਆ ਕੇ ਪ੍ਰਗਟ ਹੋ ਜਾਂਦੇ ਆ। ਇੱਕ ਇਹ ਜਾਰੀ ਕਰਾਮਾਤ ਹੈ। ਦੇਖੋ ਜਾਰੀ ਕਰਾਮਾਤ ਤਾਂ ਆਪਾਂ ਪੰਛੀਆਂ ਵਿੱਚ ਵੀ ਦੇਖਦੇ ਆਂ ਜਿਵੇਂ ਗੁਰਬਾਣੀ ਦਾ ਫਰਮਾਨ ਇੱਕ ਉਡੇ ਉਡ ਆਵੇ ਸੈ ਕੋਸਾ ਤੇ ਸਪਾਸ਼ੇ ਬਚਰੇ ਸ਼ਰਿਆ। ਤੇਨੇ ਕਵਨ ਖਲਾਵੇ ਕਵਨ ਜਗਾਵੇ ਮਨ ਵਿੱਚ ਸਿਮਰਨ ਕਰਿਆ ਕਿ ਕੂੰਜਾਂ ਜਿਹੜੀਆਂ ਹਜ਼ਾਰਾਂ ਮੀਲ ਉਡਦੀਆਂ ਤੇ ਜਦੋਂ ਉਡਦੀਆਂ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਜਾਂਦੀਆਂ ਉੱਥੇ ਆਪਣੇ ਉਹ ਬੱਚੇ ਦੇ ਦਿੰਦੀਆਂ ਹੁਣ ਬੱਚਿਆਂ ਨੂੰ ਛੱਡ ਕੇ ਜਦ ਕੂੰਜ ਉਡਦੀ ਆ ਤੇ ਹਜ਼ਾਰਾਂ ਮੀਲ ਦੂਰ ਬੱਚੇ ਜਿਹੜੇ ਕਹਿੰਦੇ ਉਹਨਾਂ ਨੂੰ ਕੌਣ ਖਵਾਉਂਦਾ ਤੇ ਕੌਣ ਉਹਨਾਂ ਨੂੰ ਪਾਲਦਾ ਹੈ ਪਰ ਮਨ ਵਿੱਚ ਸਿਮਰਨ ਕਰਿਆ ਪਰ ਕੂੰਜ ਦੇ ਮਨ ਦੇ ਅੰਦਰ ਬੱਚੇ ਦੀ ਯਾਦ ਜਿਹੜੀ ਹੈਗੀ ਆ ਉਹ ਬਣੀ ਰਹਿੰਦੀ ਆ ਉਹ ਯਾਦ ਜਿਹੜੀ ਹੈ ਨਾ ਮਨ ਦੇ ਅੰਦਰ ਜਿਹੜੀ ਆ ਉਹ ਬਣੀ ਰਹਿੰਦੀ ਆ ਤੇ ਉਸ ਯਾਦ ਦੇ ਵਿੱਚ ਜਿਹੜਾ ਫੁਰਨਾ ਹੁੰਦਾ ਹੈ ਭਾਵ ਕਿ ਬੱਚਿਆਂ ਦੀ ਪਾਲਣਾ ਦਾ ਸੰਭ ਸੰਭਾਲ ਦਾ ਦੇਖੋ ਇੱਧਰ ਜਿਹੜੀ ਕੂਜਾ ਦਾਣਾ ਚੁਗਦੀ ਆ ਤੇ ਲੇਕਿਨ ਅਨਰਦੀ ਜਿਹੜੀ ਹਜ਼ਾਰਾਂ ਮੀਲ ਦੂਰ ਬੱਚੇ ਦੇ ਪੇਟ 'ਚ ਆਪਣੇ ਆਪ ਪਹੁੰਚ ਜਾਂਦੀ ਇਸ ਤਰ੍ਹਾਂ ਬੱਚੇ ਪੜਦੇ ਆ ਇਹ ਅੱਜ ਦੀ ਸਾਇੰਸ ਵੀ ਦੇਖੋ ਤੇ ਸਾਨੂੰ ਧੰਨ ਬਾਬੇ ਨਾਨਕ ਨੇ 550 ਸਾਲ ਪਹਿਲਾਂ ਇਸ ਮੰਨ ਦੀ ਤਾਰ ਦੀ ਸ਼ਕਤੀ ਦੀ ਗੱਲ ਜਿਹੜੀ ਸੀ ਸਾਰੀ ਖੋਲ ਕੇ ਰੱਖ ਦਿੱਤੀ ਸੀ ਇਸ ਤਰ੍ਹਾਂ ਪਾ ਵੀ ਦੇਖਦੇ ਆ ਕਿ ਮਨ ਦੀ ਤਾਰ ਹੀਰੇ ਜਵਾਰਾਂ ਤੇ ਵੀ ਅਸਰ ਕਰਦੀ ਹੈ ਜਿਵੇਂ ਦੇਖੋ ਅਸੀਂ ਸਾਖੀਆਂ 'ਚ ਸੁਣਦੇ ਆ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਜਦ ਪਟਨਾ ਸਾਹਿਬ ਦੀ ਧਰਤੀ ਤੇ ਗਏ ਉੱਥੇ ਪੈਰ ਦੇ ਨਾਲ ਇੱਕ ਲਾਲ ਕੱਢਿਆ ਤੇ ਭਾਈ ਮਰਦਾਨੇ ਜੀ ਨੂੰ ਦਿੱਤਾ ਕਿ ਜਾ ਕੇ ਪੁੱਛ ਕੇ ਆਵੇ ਇਸ ਲਾਲ ਦੀ ਕੀ ਕੀਮਤ ਦੇਖ ਕੇ ਕਈਆਂ ਨੇ ਕੋਸ਼ਿਸ਼ ਦੱਸੀ ਕਈਆਂ ਨੇ ਕੋਸ਼ਿਸ਼ ਦੱਸੀ ਕਿਉਂਕਿ ਲਾਲ ਨੂੰ ਪਛਾਣ ਨਹੀਂ ਸਕੇ ਪਰ ਜਦੋਂ ਸਾਲਸਲਾਏ ਜੋਹਰੇ ਦੀ ਦੁਕਾਨ ਤੇ ਗਏ ਸੀ ਤਾਂ ਉਹਨੇ ਕਿਹਾ ਸੀਗਾ ਕਿ ਇਹਦੀ ਕੀਮਤ ਕੋਈ ਨਹੀਂ ਇਹਦੀ ਕੇਵਲ ਤੇ ਕੇਵਲ ਦਰਸ਼ਨ ਭੇਟਾ ਹੈ ਹੁਣ ਕਹਿੰਦੇ ਪਾਵੇ ਆ ਕਿ ਜਿਹੜਾ ਲਾਲ ਬਾਬੇ ਨਾਨਕ ਨੇ ਕੱਢਿਆ ਸੀਗਾ ਉਹ ਕਿਵੇਂ ਕੱਢਿਆ ਸੀ ਉਹ ਵੀ ਤਾਂ ਮਨ ਦੀ ਇਸ ਤਾਕਤਮੰਦ ਦੀ ਸ਼ਕਤੀ ਦੇ ਨਾਲ ਹੀ ਸਾਰੀ ਗੱਲ ਹੋਈ ਸੀ ਜੇ ਆਪਾਂ ਇੱਕ ਬਿਲਕੁਲ ਇੱਕ ਵੱਖਰਾ ਪੁਆਇੰਟ ਲੈ ਲੈਂਦੇ ਆ ਕਿਉਂਕਿ ਚਲੋ ਵੈਸੇ ਤਾਂ ਗੁਰਨਾਨਕ ਸਾਹਿਬ ਮਹਾਰਾਜ ਰੱਬ ਰੂਪ ਆ ਲੇਕਿਨ ਇੱਕ ਸਮਝਾਉਣ ਦਾ ਤਰੀਕਾ ਹੈਗਾ ਕਿ ਦੇਖੋ ਉਹ ਲਾਲ ਜਿਹੜਾ ਗੂਠੇ ਦੇ ਨਾਲੇ ਦੇ ਦਿੱਤਾ ਜੁ ਐਂ ਕੱਢਿਆ ਉਹ ਕਿਵੇਂ ਪ੍ਰਗਟ ਹੋ ਗਿਆ ਭਾਵ ਕੀ ਆ ਕਿ ਜਿਹੜੇ ਲਾਲ ਹੁੰਦੇ ਆ ਜਾਂ ਤਾਂ ਪਹਾੜਾਂ ਵਿੱਚ ਹੁੰਦੇ ਜਾਂ ਸਮੁੰਦਰਾਂ 'ਚ ਹੁੰਦੇ ਆ ਐ ਮਿਰਤਾ ਵਿੱਚ ਤਾਂ ਸਾਹਮਣੇ ਦੱਬੇ ਨਹੀਂ ਹੁੰਦੇ ਪਰ ਮਨ ਦੀ ਤਾਕਤ ਜਿਹੜੀ ਆ ਉਹ ਲਾਲ ਦੇ ਉੱਤੇ ਵੀ ਅਸਰ ਰੱਖਦੀ ਆ ਤੇ ਦੇਖੋ ਉਹ ਜਿਹੜਾ ਲਾਲ ਹੈਗਾ ਉਹ ਪ੍ਰਗਟ ਹੋ ਜਾਂਦਾ ਮਹਾਪੁਰਖਾਂ ਦੇ ਇਸ ਮਨ ਦੀ ਤਾਰ ਦੇ ਨਾਲ ਜੁੜ ਕੇ ਇਹ ਬੜੀ ਕਮਾਲ ਦੀ ਖੇਡ ਹੈਗੀ ਆ ਤੇ ਇਸ ਤਰ੍ਹਾਂ ਆਪਾਂ ਦੇਖਦੇ ਆ ਕਿ ਸੰਤ ਬਾਬਾ ਨਾਨਕ ਉਹਨਾਂ ਦੀ ਵੀ ਹੋਈ ਖੇਡ ਹੋਈ ਸੀ ਕਿਵੇਂ ਇੱਕ ਵਾਰੀ ਉਹਨਾਂ ਦੇ ਜੀਵਨ ਦੇ ਦਰਸ਼ਨਾਂ ਦੇ ਵਿੱਚ ਆਉਂਦਾ ਕਿ ਇੱਕ ਕਪੜੇ ਵੇਚਣ ਵਾਲਾ ਜਿਹੜਾ ਸੀ ਵਪਾਰੀ ਸੀਗਾ ਉਹਦੇ ਕਪੜਾਂ ਦੀ ਡਿੱਗੀ ਜਿਹੜੀ ਸੀ ਉਹ ਲਟੇਰਿਆ ਨੇ ਖੋਹ ਲਈ ਸੀ ਪਰ ਉਹਦੀ ਰੋਣ ਦੇ ਉੱਤੇ ਜਦੋਂ ਬੱਬਾ ਨੂੰ ਸੁਣਨੇ ਆਵਾਜ਼ ਸੁਣੀ ਸੀ ਪਰ ਤਰਸ ਖਾ ਕੇ ਜਦੋਂ ਪੈਰ ਦਾ ਗੂਠਾ ਜਿਹੜਾ ਸੀਗਾ ਰੇਤਾ 'ਚ ਮਾਰਿਆ ਸੀਗਾ ਤੇ ਵਿੱਚੋਂ ਵੀ ਲਾਲ ਪ੍ਰਗਟ ਕਰ ਦਿੱਤਾ ਸੀ ਤੇ ਉਹਨੂੰ ਆਖਿਆ ਸੀਗਾ ਕਹਿੰਦੇ ਭਾਈ ਤੂੰ ਹੁਣ ਰੋ ਨਾ ਇਹ ਲ ਲੈ ਜਾ ਤੇ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਤੇ ਆਪਣੇ ਬੱਚਿਆਂ ਦੀ ਪਾਲਣਾ ਕਰ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹਨ ਇਹ ਸਾਨੂੰ ਜਿਹੜੀਆਂ ਹੈਗੀਆਂ ਉਹ ਮਨ ਦੀ ਜਿਹੜੀ ਤਾਰ ਹੈਗੀ ਆ ਉਹਦੇ ਵੱਲ ਸਾਨੂੰ ਇਸ਼ਾਰਾ ਕਰਦੀਆਂ ਹੈਗੀਆਂ ਜਿਵੇਂ ਅਸੀਂ ਦੇਖਦੇ ਆ ਕਿ ਮਨ ਦੀ ਤਾਰ ਸ਼ਬਦਾਂ ਉੱਤੇ ਵੀ ਅਸਰ ਕਰਦੀ ਆ ਦੇਖੋ ਇੱਕ ਅੱਖਰਾਂ ਨੂੰ ਕਿਵੇਂ ਜਿਹੜੀਆਂ ਨੂੰ ਮਨ ਦੀ ਤਾਰ ਖੋਲ ਦਿੰਦੀ ਹੈ ਬੜੀ ਹੈਰਾਨੀ ਦੀ ਗੱਲ ਹੈਗੀ ਆ ਇੱਕ ਵਾਰ ਭਾਈ ਸਾਹਿਬ ਭਾਈ ਵੀਰ ਸਿੰਘ ਹੁਣੇ ਜਿਹੜੇ ਸੀਗੇ ਉਹ ਅੰਮ੍ਰਿਤਸਰ ਬੈਠੇ ਸੀਗੇ ਚਾਰ ਪੰਜ ਸੱਜਣ ਜਿਹੜੇ ਸੀਗੇ ਉਹਨਾਂ ਦੇ ਦਰਸ਼ਨਾਂ ਵਾਸਤੇ ਆਏ ਉਹਨਾਂ ਨੇ ਮੰਟੇ ਜੋਗਤ ਮੜਾਏ ਵੀ ਕਿਸੇ ਨਾ ਕਿਸੇ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੂੰ ਨਿਰ ਉੱਤਰ ਕਰ ਦੇਣਾ ਆਪਾਂ ਐਸੇ ਸਵਾਲ ਜਿਹੜੇ ਆ ਉਹਨਾਂ ਸਾਹਮਣੇ ਰੱਖਣੇ ਕਿ ਜਿਹੜਾਂ ਦਾ ਇਹ ਨਾਲ ਉਹਦਾ ਜਵਾਬ ਨਾ ਦੇ ਸਕਣ ਉਹਨਾਂ ਨੇ ਕੀ ਕੀਤਾ ਉਹ ਜਿਹੜੇ 5 ਸਵਾਲ ਸੀ ਹਨਾ ਇੱਕ ਪਿੰਨ ਕਾਪੀ 'ਚ ਲਿਖ ਲੈ ਲਿਖ ਕੇ ਤੇ ਪੁੱਛਿਆ ਸੀਗਾ ਵੀ 1 ਨੰਬਰ 2 ਨੰਬਰ 3 ਨੰਬਰ 4 ਤੇ 5 ਨੰਬਰ ਸਵਾਲ ਨਾਲ ਨੰਬਰ ਵੀ ਪਾਤੇ ਵੀ ਇਹ ਸਵਾਲ ਆਸੀ ਹਨਾ ਭਾਈ ਸਾਹਿਬ ਉਹਨਾਂ ਨੂੰ ਕਰਾਂਗੇ ਤੇ ਜਦੋਂ ਪਰ ਉਮਰਸਰ ਪਹੁੰਚੇ ਜਦ ਭਾਈ ਸਾਹਿਬ ਹੁਣੀ ਜਿਹੜੇ ਸੀਗੇ ਉਹਨਾਂ ਨੂੰ ਮੱਥਾ ਟੇਕ ਕੇ ਦਰਸ਼ਨ ਕੀਤੇ ਭਾਈ ਸਾਹਿਬ ਭਾਈ ਵੀਰ ਸਿੰਘ ਹੁਣੀ ਕੁਰਸੀ ਤੇ ਬੈਠੇ ਤੇ ਕਾਫੀ ਸੰਗਤ ਜਿਹੜੀ ਸੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਥੱਲੇ ਬੈਠੀ ਸੀ ਤੇ ਜੋ ਹੀ ਉਹ ਸੱਜਣ ਦੱਸਦੇ ਜੋ ਹੀ ਜੈਸੀ ਦਰਸ਼ਨ ਕਰਕੇ ਬੈਠੇ ਹੁਣ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਜਿਹੜੀ ਮਨ ਦੀ ਤਾਰ ਸੀ ਕਹਿੰਦੇ ਸਾਡੇ ਕਾਪੀ 'ਚ ਲਿਖੇ ਸ਼ਬਦਾਂ ਦੇ ਨਾਲ ਕਹਿੰਦੇ ਜੁੜ ਗਏ ਜਦ ਜੁੜੀ ਤਾਂ ਕਹਿੰਦੇ ਬਿਨਾ ਪ੍ਰਸ਼ੰਤੋਂ ਉਹਨਾਂ ਨੇ ਕਹਿੰਦੇ ਸਾਡੇ ਸਾਰੇ ਸਵਾਲਾਂ ਦਾ ਜਵਾਬ ਤਰਤੀਬ ਵਾਰ ਕਹਿੰਦੇ ਦੇਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਜਦ ਦੇਣਾ ਸ਼ੁਰੂ ਕਰ ਦਿੱਤਾ ਤਾਂ ਕਹਿੰਦੇ ਅਸੀਂ ਹੱਕੇ-ਬੱਕੇ ਹੋ ਗਏ ਕਿ ਕਿਵੇਂ ਭਾਈ ਸਾਹਿਬ ਭਾਈ ਵੀਰ ਸੋ ਉਹਨਾਂ ਨੇ ਜਿਹੜਾ ਤਰਤੀਬ ਵਾਈ ਸਵਾਲ ਅਸੀਂ ਲਿਖੇ ਸੀ 1 2 3 4 ਉਹਦਾ ਜਵਾਬ ਦੇ ਕੇ ਕਹਿੰਦੇ ਵੀ ਅਸੀਂ ਜਿਹੜੇ ਸੀਗੇ ਸਾਨੂੰ ਪੂਰੀ ਤਰ੍ਹਾਂ ਤ੍ਰਿਪਤ ਕਰ ਦਿੱਤਾ ਸਿਕਾ ਕਿੱਥੇ ਕਹਿੰਦੇ ਅਸੀਂ ਭਾਈ ਸਾਹਿਬ ਹੁਣਾਂ ਨੂੰ ਹਨ ਨਿਰ ਉਤਰ ਕਰਨ ਆਏ ਸੀ ਕਿ ਅਸੀਂ ਐਸੇ ਸਵਾਲ ਲਿਖ ਕੇ ਆਏ ਆਂ ਕਾਫੀ ਦਿਨਾਂ ਦੀ ਖੋਜ ਤੋਂ ਬਾਅਦ ਕਿ ਭਾਈ ਸਾਹਿਬ ਇਹਦਾ ਜਵਾਬ ਨਾ ਦੇ ਸਕਣ ਪਰ ਭਾਈ ਸਾਹਿਬ ਹੁਣਾਂ ਦੇ ਮਨ ਦੀ ਜਿਹੜੀ ਤਾਰ ਸੀ ਜਾਂ ਤੋਂ ਸ਼ਬਦਾਂ ਦੇ ਨਾਲ ਜੁੜੀ ਆ ਬਿਨਾ ਸਵਾਲਾਂ ਤੋਂ ਬਿਨਾ ਕਾਪੀ ਖੋਲਣ ਤੋਂ ਉਹਨਾਂ ਨੇ ਇੱਕ ਇੱਕ ਜਿਹੜਾ ਜਵਾਬ ਸਿਗਾ ਉਹ ਤਾਂ ਸਵਾਲਾਂ ਦਾ ਸਾਰੀ ਸੰਗਤ ਦੇ ਸਾਹਮਣੇ ਕਹਿੰਦੇ ਖੋਲ ਕੇ ਰੱਖ ਦਿੱਤਾ ਸੀ ਸੋ ਕਹਿਣ ਤੋਂ ਪਾਵੇਗਾ ਕਿ ਮਨ ਦੀ ਤਾਰ ਕਿਵੇਂ ਸ਼ਬਦਾਂ ਦੇ ਨਾਲ ਜੁੜ ਕੇ ਪ੍ਰਗਟ ਹੋ ਜਾਂਦਾ ਹੈ ਇਸ ਤਰ੍ਹਾਂ ਇੱਕ ਮਹਾਂਪੁਰਖ ਸਗੇ ਉਹ ਕਹਿੰਦੇ ਵੀ ਇੱਕ ਵਾਰ ਕੀ ਹੋਇਆ ਸਾਡੇ ਮਨ ਦੇ ਵਿੱਚ ਹਨਾ ਇੱਕ ਸੰਕਲਪ ਫੁਰਿਆ ਹੋਣ ਜਿਹੜਾ ਸੰਕਲਪ ਹੁੰਦਾ ਇਹ ਕੀ ਹੁੰਦਾ ਕਿ ਅਸੀਂ ਘਟਨਾ ਕਰਮ ਦੇ ਨਾਲ ਕਿਵੇਂ ਮਨ ਦੀ ਤਾਰ ਦੇ ਨਾਲ ਜੁੜ ਜਾਂਦੇ ਹਾਂ ਮਨ ਦੀ ਤਾਰ ਜਿਹੜੀ ਉਹ ਘਟਨਾ ਕਰਮ ਦੇ ਨਾਲ ਵੀ ਜੁੜ ਜਾਂਦੀ ਹੈ ਕਹਿੰਦੇ ਸਾਡੇ ਮਨ ਚ ਸੰਕਲਪ ਹੋਇਆ ਕਿ ਅਸੀਂ ਹਨ ਜਾ ਕੇ ਗੰਗਾ ਇਸ਼ਨਾਨ ਕਰਕੇ ਆਈਏ ਉਹ ਮਹਾਤਮਾ ਦੱਸਦੇ ਸੀ ਜਦੋਂ ਅਸੀਂ ਸਾਡੇ ਮਨ 'ਚ ਸੰਕਲਪ ਉੱਠਿਆ ਤੇ ਖਿੱਚ ਜਿਹੜੀ ਐਸੀ ਬਣੀ ਅਸੀਂ ਕਹਿੰਦੇ ਕਿਸੇ ਮਹਾਤਮਾ ਪਾਸ ਗਏ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਜੋ ਇੱਛਾ ਸੀ ਅੰਦਰੋਂ ਫੁਰੀ ਕਹਿੰਦੇ ਅਸੀਂ ਸਾਂਝੀ ਕੀਤੀ ਤੇ ਜਿਸ ਜਗ੍ਹਾ ਕਹਿੰਦੇ ਅਸੀਂ ਇਸ਼ਨਾਨ ਕਰਨ ਲਈ ਆਖਿਆ ਉਹਨਾਂ ਨੇ ਸਾਨੂੰ ਆਖਿਆ ਕਿ ਉੱਥੇ ਪਾਣੀ ਜਿਹੜਾ ਘੱਟ ਹੋ ਆ ਜਿੱਦਾਂ ਕਰੋ ਵੀ ਆਪਾਂ ਦੂਸਰੀ ਜਗ੍ਹਾ ਚਲੇ ਜਾਂਦੇ ਆ ਕਹਿੰਦੇ ਉਹ ਸਾਨੂੰ ਗੱਡੀ 'ਚ ਬਿਠਾ ਲ ਕੇ ਹਨ ਉਸ ਜਗ੍ਹਾ ਲੈ ਗਏ ਜਦੋਂ ਕਹਿੰਦੇ ਅਸੀਂ ਉਹ ਜਗ੍ਹਾ ਗਏ ਸਾਡੇ ਮਨ 'ਚ ਆਇਆ ਵੀ ਚਲੋ ਇੱਥੋਂ ਹੁਣ ਹਰ ਦੁਆਰ ਜਿਹੜਾ ਜ਼ਿਆਦਾ ਦੂਰ ਨਹੀਂ ਉੱਥੇ ਚਲੇ ਚੱਲਦੇ ਆ ਜਦ ਕਹਿੰਦੇ ਹਰਦਵਾਰ ਦੇ ਪਾਸ ਪਹੁੰਚੇ ਮਨ ਜਾਇਬ ਚਲੋ ਰਿਖੀ ਕੇਸ ਚੱਲਦੇ ਹਾਂ ਉੱਥੇ ਇੱਕ ਮੁਹਾਤਮਾ ਹੈਗੇ ਆ ਬੜੇ ਉੱਚ ਕੋਟੀ ਦੇ ਉਹਨਾਂ ਦੇ ਦਰਸ਼ਨ ਕਰ ਲੈਣੇ ਆ ਜਦੋਂ ਕਹਿੰਦੇ ਅਸੀਂ ਉੱਥੇ ਪਹੁੰਚੇ ਤੇ ਸੰਦੇ ਸਾਨੂੰ ਕਾਫੀ ਹਨੇਰਾ ਹੋ ਗਿਆ ਸੀਗਾ ਮਨ ਜਾਇਬ ਇਸੇ ਕਾਬੇ ਫੋਨ ਤਾਂ ਜਿੰਨੇ ਵੀ ਸਾਧੂ ਜਿਹੜੇ ਹੈਗੇ ਆ ਉਹ ਸਾਰੇ ਆਰਾਮ ਕਰ ਰਹੇ ਹੋਣਗੇ ਤੇ ਮੁਹਾਤਮਾ ਵੀ ਕਿਉਂਕਿ ਉਹਨੇ ਅੰਮ੍ਰਿਤ ਵੇਲੇ ਉੱਠਣਾ ਹੁੰਦਾ ਤੇ 12 ਵਜੇ ਤੋਂ ਬਾਅਦ ਉੱਠ ਜਾਂਦੇ ਸੀਗੇ ਤੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਵਾਹਿਗੁਰੂ ਦੀ ਜਿਹੜੀ ਸੀ ਓਵਾਦਤ ਕਰਦੇ ਸੀ ਜਦ ਕਹਿੰਦੇ ਵੀ ਅਸੀਂ ਉੱਥੇ ਪਹੁੰਚੇ ਆ ਪਰ ਉੱਥੇ ਸਾਨੂੰ ਪਤਾ ਲੱਗਾ ਵੀ ਉਹ ਮਹਾਤਮਾ ਜਿਸ ਉੱਤੇ ਨਹੀਂਗੇ ਉਹ ਬੈਠੇ ਆ। ਕਹਿੰਦੇ ਅਸੀਂ ਹੈਰਾਨ ਹੋ ਗਏ ਕਮਾਲ ਹੋ ਗਿਆ ਜਿਹੜੇ ਸਵੇਰੇ ਦਰਸ਼ਨ ਕਰਨੇ ਹੁਣੇ ਹੋ ਜਾਣੇ ਆ। ਪਰ ਜਦੋਂ ਅਸੀਂ ਪਹੁੰਚੇ ਆ ਕਹਿੰਦੇ ਜਿਉਂ ਹੀ ਨਮਸਕਾਰ ਕੀਤੀ ਆ ਤੇ ਉਹ ਜਿਹੜੇ ਸਾਧੂ ਸੀਗੇ ਹਨਾ ਕਹਿੰਦੇ ਵੀ ਉਹ ਇੱਕ ਸ਼ਬਦ ਪੜ੍ਹ ਰਹੇ ਸੀ ਕਿ ਮੇਰ ਆਓ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਆਰਾਮ। ਭਾਵ ਕੀ ਆ ਕਿ ਸੰਤ ਜਨਾਂ ਦੇ ਜਿਹੜੇ ਦਰਸ਼ਨ ਆ ਦੇਖਣ ਵਾਸਤੇ ਕਹਿੰਦੇ ਵੀ ਅਸੀਂ ਯਾਨੀ ਕਿ ਟੱਡਾ ਇੰਤਜ਼ਾਰ ਕਰ ਰਹੇ ਆ। ਤੇ ਜਦੋਂ ਕਹਿੰਦੇ ਇਹ ਗੱਲ ਹੋਈ ਸੀ ਤਾਂ ਫਿਰ ਕਹਿੰਦੇ ਜਦੋਂ ਅਸੀਂ ਉਹਨਾਂ ਦੇ ਪੈਰ ਹੱਥ ਲਾਇਆ ਸੀ ਤਾਂ ਉਹ ਨਹੀਂ ਮੰਨਦੇ ਕਿ ਆ ਸਗਾ ਕਿ ਸਾਡੇ ਮਨ ਦੇ ਵਿੱਚ ਇਹ ਸੀਗਾ ਕਿ ਅਸੀਂ ਤੁਹਾਨੂੰ ਯਾਦ ਕਰਦੇ ਸੀਗੇ ਕਿ ਬਹੁਤ ਟਾਈਮ ਹੋ ਗਿਆ ਤੁਸੀਂ ਸਾਡੇ ਕੋਲ ਪਹੁੰਚੇ ਨਹੀਂ ਆ ਤੇ ਅੱਜ ਦਰਸ਼ਨਾਂ ਦੀ ਜਿਹੜੀ ਚਾਹਤ ਲਗਨ ਸੀਗੀ ਇੰਨੀ ਅੰਦਰ ਹੋ ਗਈ ਸੀਗੀ ਕਿ ਸਾਨੂੰ ਅੱਜ ਨੀਂਦ ਨਹੀਂ ਸਿਆ ਰਹੀ ਤੇ ਸਾਡੇ ਮਨ 'ਚ ਇਹ ਹੋਇਆ ਸੀਗਾ ਕਿ ਅੱਜ ਤੁਸੀਂ ਜ਼ਰੂਰ ਪਹੁੰਚੋਗੇ ਬਾਕਿਆ ਕਹਿੰਦੇ ਅੱਜ ਤੁਸੀਂ ਸਾਡੇ ਕੋਲ ਹਾਜ਼ਰ ਹੋ ਗਏ ਆ ਹੁਣ ਤੁਸੀਂ ਸਾਡੇ ਪਾਸ 4-5 ਦਿਨ ਰੁਕੋ ਫਿਰ ਜਾਓ ਪਰ ਫਿਰ ਮਹਾਤਮਾ ਕਹਿਣ ਲੱਗੇ ਕਹਿੰਦੇ ਵੀ ਮੈਂ ਇਹ ਜਦੋਂ ਉਹਨਾਂ ਨੇ ਇਹ ਬਚਨ ਕੀਤੇ ਸੀ ਮੈਂ ਸੁਣ ਕੇ ਨਾ ਹੈਰਾਨ ਹੋ ਗਿਆ ਸੀਗਾ ਕਿ ਦੇਖੋ ਮੇਰੇ ਮਾਨ ਦੇ ਵਿੱਚ ਮਹਾਤਮਾ ਨੂੰ ਮਿਲਣ ਦਾ ਕੋਈ ਸੰਕਲਪ ਨਹੀਂ ਸੀਗਾ ਕੋਈ ਦਰਸ਼ਨ ਕਰਨ ਦੀ ਇੱਛਾ ਵੀ ਨਹੀਂ ਸੀ ਪਰ ਕਾਰਨ ਕਿ ਇਹ ਬਣਿਆ ਕਾਰਨ ਜਿਹੜਾ ਅੰਦਰੋਂ ਇਹ ਬਣਿਆ ਕਿ ਮੇਰਾ ਜਿਹੜਾ ਚਿੱਤ ਗੰਗਾ ਸ਼ਨਾਣ ਨੂੰ ਕਰਦਾ ਸੀ ਤੇ ਦੇਖੋ ਗੰਗਾ ਸ਼ਨਾਣ ਦੇ ਬਹਾਨੇ ਕਰਨਾ ਕਰਮ ਦੇ ਨਾਲ ਅਸੀਂ ਕਿਵੇਂ ਮਹਾਤਮਾ ਦੇ ਪਾਸ ਪਹੁੰਚ ਗਏ ਨਾ ਤੇ ਉਹਨਾਂ ਦੇ ਦਰਸ਼ਨ ਕਰਕੇ ਕਹਿੰਦੇ ਅਸੀਂ ਤ੍ਰਿਪਤ ਹੋ ਗਏ ਭਾਵ ਕਿ ਆ ਕਿ ਕਈ ਵਾਰ ਇਹ ਮਨ ਦੀ ਧਾਰ ਜਿਹੜੀਆਂ ਕਟਣਾ ਕਰਮ ਦੇ ਜਰੀਵੇ ਜਿਹੜੀ ਸ ਹੈ ਉਹ ਮਹਾਪੁਰਖਾ ਤੱਕ ਪਹੁੰਚ ਜਾਂਦੀ ਆ ਮਹਾਪੁਰਖਾ ਮਹਾਪੁਰਖਾ ਤਾਂ ਖਨਾ ਮਲਾਪ ਕਰ ਦਿੰਦੀ ਆ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਹਨ ਮਨ ਦੀ ਧਾਰ ਕਿਵੇਂ ਜੁੜਦੀ ਹੈਗੀ ਆ ਇਹ ਵੀ ਇੱਕ ਜਿਹੜੀ ਹੈ ਨਾ ਇੱਕ ਵੱਖਰੀ ਐਸੀ ਗਿਆਨ ਹੈਗਾ ਜਿਹਦਾ ਸਾਨੂੰ ਹਰੇਕ ਗੁਰਸਿੱਖ ਨੂੰ ਇਸ ਚੀਜ਼ ਬਾਰੇ ਹਨਾ ਪਤਾ ਹੋਣਾ ਚਾਹੀਦਾ ਔਰ ਹੈਰਾਨੀ ਦੀ ਗੱਲ ਇਹ ਆ ਕਿ ਜਿੱਥੇ ਮਨ ਦੀ ਤਾਰ ਜਾਨਵਰਾਂ ਦੇ ਨਾਲ ਇਨਸਾਨਾਂ ਦੇ ਨਾਲ ਤੇ ਇਹ ਬਨਾਸਪਤੀ ਦੇ ਨਾਲ ਜੋੜਦੀ ਹੈ ਉੱਥੇ ਜੜ ਚੀਜ਼ ਨਾਲ ਵੀ ਜੁੜ ਜਾਂਦੀ ਹੈ ਹੁਣ ਜੜ ਚੀਜ਼ ਜਿਹੜੀ ਹੈਗੀ ਆ ਇਹ ਵੀ ਹੈਰਾਨੀ ਦੀ ਗੱਲ ਆ ਵੀ ਉਹਦੇ ਨਾਲ ਮਨ ਦੀ ਤਾਰ ਕਿਵੇਂ ਜੋੜਦੀ ਹੈ ਦੇਖੋ ਅਗਰ ਗੁਰਬਾਣੀ ਦੇ ਅਸੀਂ ਖੋਜ ਕਰੀਏ ਚਾਹੇ ਚੀਜ਼ ਜੜਾ ਚਾਹੇ ਚੇਤਨ ਹਰੇਕ ਵਿੱਚ ਵਾਹਿਗੁਰੂ ਜਿਹੜਾ ਹੈ ਨਾ ਉਹ ਵਸਦਾ ਹੈ ਕਿਉਂ ਪਰਮੇਸ਼ਰ ਤਾਂ ਕਣਕਣ ਦੇ ਅੰਦਰ ਵਸਦਾ ਹੈ ਉਹ ਕਾਲ ਸ਼ਕਤੀ ਕਣਕਣ ਦੇ ਅੰਦਰ ਆ ਜਿਵੇਂ ਅਸੀਂ ਇੱਕ ਮੁਸਲਮਾਨ ਬੀਬੀ ਜਿਹੜਾ ਨਾਮ ਰਜੀਆ ਸੀਗਾ ਉਹਦੀ ਜਦ ਸੰਸੂ ਮਸਕੀਨ ਹੋਣਾ ਨੇ ਜਣੀ ਸੀ ਇੱਕ ਕਥਾ ਦੇ ਵਿੱਚ ਦੱਸਿਆ ਸੀਗਾ ਜਾਂ ਹੋਰ ਵੀ ਜਿਹੜਾ ਹੈ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਕਿ ਉਹਨਾਂ ਦੇ ਅੰਦਰ ਹਨਾ ਜਿਹੜਾ ਮੱਕਾ ਸੀਗਾ ਉਸ ਮੱਕੇ ਦੇ ਦਰਸ਼ਨ ਦੀ ਅਭਲਾਸ਼ਾ ਜਿਹੜੀ ਸੀ ਇੰਨੀ ਤੀਬਰ ਸੀ ਇੱਕ ਹੋਰ ਗਰਮੀ ਵਿੱਚ ਜਾ ਰਹੇ ਸੀ ਪਰ ਦੇਖੋ ਰਸਤੇ ਵਿੱਚ ਕੀ ਦੇਖਿਆ ਕਿ ਖੂਹ ਆਇਆ ਸੀ ਤੇ ਖੂਹ ਦੀ ਦਿਵਾਲੇ ਹਨਾ ਬਿੱਲੀ ਦੀਆਂ ਬਲੂਂਗੜੀਆਂ ਇਹਦੇ ਜਿਹੜੇ ਬੱਚੇ ਸੀਗੇ ਉਹ ਪਾਣੀ ਨਾਲ ਧਿਆਏ ਜਿਹੜੇ ਸੀਗੇ ਉਹ ਮਿਉ ਮਿਉ ਕਰ ਰਹੇ ਸੀ ਤੇ ਦੇਖੋ ਉਸ ਬੀਬੀ ਦੇ ਮਨ ਵਿੱਚ ਆਇਆ ਕਿ ਬੱਚੇ ਗਰਮੀ 'ਚ ਇੱਥਿਆ-ਤਿਆ ਕਰ ਰਿਹਾ ਜਾ ਤੇ ਖੁਦ ਦਵਾਲੇ ਕੋ ਮਰੇ ਕੋ ਨਾ ਮੈਨੂੰ ਪਾਣੀ ਪਿਲਾਵਾ ਪਰ ਮਨ 'ਚ ਜਿਹੜੇ ਸੀ ਉਹ ਮੱਕੇ ਤੱਕ ਜਾਣ ਦੀ ਚਾਹਤ ਸੀ ਪਰ ਦੇਖੋ ਫਿਰ ਵੀ ਉਹਨਾਂ ਨੇ ਕੀ ਕੀਤਾ ਹੈਗਾ ਆਪਣਾ ਜਿਹੜਾ ਕੱਪੜਾ ਸੀਗਾ ਸਿਰ ਤੇ ਲਿਆ ਦੁਪੱਟਾ ਉਹਨੂੰ ਪਾੜ ਕੇ ਉਹਦੀ ਲਾਜ ਬਣਾ ਕੇ ਉਹਨੂੰ ਗਿੱਲਾ ਕਰਕੇ ਉਹ ਬਿੱਲੀ ਦੇ ਮੂੰਹ ਦੇ ਵਿੱਚ ਜਿਹੜਾ ਪਾਣੀ ਜਦ ਪਾਇਆ ਸੀ ਤਾਂ ਫਿਰ ਦੇਖੋ ਇਤਿਹਾਸ 'ਚ ਜ਼ਿਕਰਵਾ ਕੇ ਉਹ ਜਿਹੜਾ ਮੱਕਾ ਸੀਗਾ ਨਾ ਚੱਲ ਕੇ ਉਸ ਬੀਬੀ ਦੇ ਘਰ ਕੋਲ ਆ ਗਿਆ ਸੀ ਇਸੇ ਤਰ੍ਹਾਂ ਸੀ ਹੈ ਨਾ ਦੇਖੋ ਭਗਤ ਨਾਮ ਦੇ ਦੇਵ ਜੀ ਦਾ ਵੀ ਦੇਖਦੇ ਆ ਕਿ ਜਦੋਂ ਉਹਨਾਂ ਨੇ ਮੰਦਰ 'ਤੇ ੱੱਕੇ ਮਾਰ ਕੇ ਬਾਹਰ ਕੱਢਿਆ ਤੇ ਜਦੋਂ ਮੰਦਰ ਦੇ ਪਿਛਲੇ ਪਾਸੇ ਜਾ ਕੇ ਜਿਹੜੀ ਸੀ ਉਹਨਾਂ ਨੇ ਅਕਾਲ ਪੁਰਖ ਦੀ ਉਸਤਤ ਕੀਤੀ ਕੀਰਤਨ ਕੀਤਾ ਤੇ ਦੇਖੋ ਉਹ ਮੰਦਰ ਹੀ ਸਾਰਾ ਜਿਹੜਾ ਸੀ ਉਹ ਘੁੰਮ ਗਿਆ ਸਗਾ ਇਹ ਚੀਜ਼ਾਂ ਜਿਹੜੀਆਂ ਹਨਾ ਇਹ ਮਨ ਦੇ ਅੰਦਰ ਜਿਹੜੀ ਇੱਛਾ ਹੁੰਦੀ ਆ ਇਹਨਾਂ ਇੱਛਾਵਾਂ ਨੂੰ ਪੂਰਾ ਕਰਨ ਵਾਸਤੇ ਜਿਹੜੀ ਚੀਜ਼ ਨੂੰ ਅਸੀਂ ਝੜ ਮੰਨਦੇ ਹਨਾ ਉਹਦੇ ਉੱਤੇ ਵੀ ਮਨ ਦਾ ਜਿਹੜਾ ਹਨਾ ਅਸਰ ਹੁੰਦਾ ਹੈ ਇਹ ਆਪਾਂ ਜਿਹੜਾ ਸਾਰਾ ਹੈ ਨਾ ਇਹ ਸਾਰੀ ਖੋਜ ਦੱਸਦੀ ਹੈ ਕਿ ਜਦੋਂ ਮਨ ਦੀ ਤਾਰ ਕਿਸੇ ਵੀ ਚੀਜ਼ ਨਾਲ ਜੁੜ ਜਾਂਦੀ ਆ ਤੇ ਉਹ ਕਮਾਲ ਦੀ ਖੇਡ ਕਰਦੀ ਆ ਅਸੀਂ ਕੱਲ ਕੀ ਤਰ ਮਹਾਰਾਜ ਜਦ ਦਰਸ਼ਨ ਕਰਦੇ ਆ ਤੇ ਕਿਵੇਂ ਮਹਾਰਾਜ ਜਿਹੜੇ ਸੀ ਬਿਠੇ ਬਿਠੇ ਕਿੰਨੇ ਕਿੰਨੇ ਮੀਲ ਤੱਕ ਆਪਣਾ ਤੀਰ ਛੱਡਦੇ ਹੁੰਦੇ ਸੀ ਜਿਸ ਨਿਸ਼ਾਨੇ ਤੇ ਪਹੁੰਚਦਾ ਸੀਗਾ ਉੱਥੇ ਤੀਰ ਵੱਜਦਾ ਸੀ ਇਹ ਸਾਰਾ ਕੁਝ ਕੀ ਹੈ ਉਸ ਤੀਰ ਦੇ ਨਾਲ ਜਿਹੜੀ ਹੈ ਨਾ ਮਨ ਦੀ ਤਾਰ ਜੁੜੀ ਹੁੰਦੀ ਆ ਤੇ ਉਹ ਇਹ ਅਸਰ ਕਰਦੀ ਹੈ ਜਿੱਥੇ ਵੀ ਉਹ ਤੀਰ ਜਿਹੜਾ ਹਨਾ ਉਹ ਸੱਟਣਾ ਹੋਵੇ ਬਿਲਕੁਲ ਉਸੇ ਨਿਸ਼ਾਨੇ ਤੇ ਲੱਗਦਾ ਹੈ ਇਹ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਗੁਰਬਾਣੀ ਆ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹਦੇ ਬਾਰੇ ਜਿਹੜਾ ਬਹੁਤ ਸਾਰਾ ਗਿਆਨ ਬਖਸ਼ਦੇ ਆ ਸੋ ਇਹ ਜਿਹੜਾ ਗਿਆਨ ਹੈਗਾ ਇਸ ਤੋਂ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀ ਰੋਸ਼ਨੀ ਲਿਆ ਸਕਦੇ ਹਾਂ ਆਪਣੇ ਜੀਵਨ ਦੇ ਵਿੱਚ ਜਾਲਾ ਕਰ ਸਕਦੇ ਹਾਂ ਉਹ ਸਾਨੂੰ ਖਾਸ ਕਰਕੇ ਇਸ ਗੱਲ ਦਾ ਗਿਆ ਹੁਣ ਹੋ ਜਾਣਾ ਚਾਹੀਦਾ ਹੈ ਕਿ ਮਨ ਦੀ ਤਾਰ ਦੀ ਸ਼ਕਤੀ ਜਿਹੜੀ ਹਨਾ ਕਿੰਡੀ ਵੱਡੀ ਹੈਗੀ ਇਹਦੇ ਨਾਲ ਦੇਖੋ ਜੜ ਚੇਤਨਤਾ ਇੱਕ ਪਾਸੇ ਅਸੀਂ ਅਕਾਲ ਪੁਰਖ ਨੂੰ ਵੀ ਆਪਣੇ ਪ੍ਰੇਮ ਪਿਆਰ ਦੀ ਡੋਰ ਦੇ ਨਾਲ ਬਨ ਸਕਦੇ ਆ ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ ਹੋਈਆਂ ਬਿਆੰਤ ਭੋਲਾ ਚੁਕੰਦੀ ਖਿਮਾ ਬਖਸ਼ਨੀ ਸੋ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ